ਪ੍ਰਗਟ ਸਿੰਘ ਮੇਰੇ ਨਾਲ ਮੌਜੂਦ ਨੇ। ਓਲੰਪੀਅਨ ਨੇ ਦੋ ਵਾਰ ਭਾਰਤ ਦੀ ਨੁਮਾਇੰਦਗੀ ਜਿਹੜੀ ਹੈਗੀ ਓਲੰਪਿਕ 'ਚ ਕੀਤੀ ਔਰ ਪੰਜਾਬ 'ਚ ਬਹੁਤ ਘੱਟ ਇਹ ਹਜੇ ਤੱਕ ਮੇਰੇ ਕੋਲ ਦੂਜੀ ਵਾਰ ਨੁਮਾਇੰਦਗੀ ਦਾ ਪ੍ਰਗਟ 'ਚ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਹੈਗਾ, ਵਰਲਡ ਓਵਰ ਨਹੀਂ ਮਿਲੀ। ਅਤੇ ਮੈਂ ਹੁਣ ਤੁਹਾਡੇ ਕੋਲ ਇਹ ਜਾਣਾ ਚਾਹਾਂ ਕੀ ਉਮੀਦ ਕੀ ਕਰਦੇ ਹੋ ਹਾਕੀ ਟੀਮ ਦੀ ਹੁਣ ਤੱਕ ਦੀ ਪਰਫੋਰਮੈਂਸ, 3 ਮੈਚ ਆਸਟ੍ਰੇਲੀਆ ਤੋਂ ਹਾਰੇ ਆ। ਦੇਖੋ ਸਾਡਾ ਜਿਹੜਾ ਪਲੱਸ ਪੁਆਇੰਟ ਹੈਗਾ ਉਹ ਸਾਡੀ ਪੈਨਲਟੀ ਕੋਰਨਰ ਦੀ ਕਨਵਰਸ਼ਨ ਹੈ ਅਤੇ ਬੈਟਰ ਗੋਲ ਕੀਪਿੰਗ ਹੈ। ਜੇ ਮੈਂ ਇਹਨੂੰ ਓਵਰਆਲ ਟੀਮ ਨੂੰ ਅਸੈਸ ਕਰਾਂ, ਓਵਰਆਲ ਡੀਪ ਡਿਫੈਂਸ ਦੇ ਵਿੱਚ ਵੀ ਬਹੁਤ ਕਮੀਆਂ ਪੇਸ਼ੀਆਂ ਹੈਗੀਆਂ ਅਤੇ ਫੋਰਵਰਡ ਲਾਈਨ ਦੇ ਵਿੱਚ ਵੀ ਪੈਨੀਟ੍ਰੇਸ਼ਨ ਕਰਨ ਦੀਆਂ ਕੋਈ ਕਮੀਆਂ ਹੈਗੀਆਂ, ਕਿਉਂਕਿ ਜਦੋਂ ਵੀ ਚੰਗੀਆਂ ਟੀਮਾਂ ਮਿਲਦੀਆਂ ਹੈਗੀਆਂ ਫਿਰ ਉਹ ਜਦੋਂ ਦੋਨੇ ਖਾਸ ਕਰਕੇ ਜੇ ਪੈਨੀਟ੍ਰੇਸ਼ਨ ਨਹੀਂ ਹੋਊਗਾ ਤਾਂ ਪੈਨਲਟੀ ਕੋਰਨਰ ਨਹੀਂ ਮਿਲੂ, ਜੇ ਪੈਨਲਟੀ ਕੋਰਨਰ ਨਹੀਂ ਮਿਲੂ ਤਾਂ ਕਨਵਰਸ਼ਨ ਨਹੀਂ ਹੋਊਗੀ। ਕਿਉਂਕਿ ਅਦਰਵਾਈਜ਼ ਜੇ ਮੈਂ ਕਹਾਂ ਵੀ ਜਿਹੜੇ ਸਾਡੇ ਫੋਰਵਰਡ ਲਾਈਨ ਆ ਜਿਹੜਾ ਮਨਦੀਪ ਹੈ ਉਹ ਟੱਚ ਟੁੱਚ ਚੰਗੇ ਹੈਗੇ ਆ, ਲੇਕਿਨ ਪੈਨੀਟ੍ਰੇਸ਼ਨ ਜਿਹੜੀ ਆ ਉਹ ਓਵਰਆਲ ਜਿਹੜੀ ਆ ਉਹਦੇ ਵਿੱਚ ਕਮੀ ਪੇਸ਼ੀ ਹੈਗੀ ਆ। ਕਿਉਂਕਿ ਜਿਉਂ ਜਿਉਂ ਕੰਪੀਟੀਸ਼ਨ ਨੇ ਕਲੋਜ਼ ਜਾਣਾ ਤਿਉਂ ਤਿਉਂ ਹੋਰ ਟਫ ਕੰਪੀਟੀਸ਼ਨ ਜਿਹੜਾ ਉਹ ਮਿਲਣਾ ਹੈਗਾ। ਲੇਕਿਨ ਦੋ ਜਿਹੜੇ ਖਾਸ ਕਰਕੇ ਪਹਿਲਾਂ ਨਿਊਜ਼ੀਲੈਂਡ ਵਾਲਾ ਮੈਚ ਅਤੇ ਸਪੇਨ ਵਾਲਾ ਮੈਚ ਉਹਦੇ ਵਿੱਚ ਕਾਫੀ ਬੈਟਰ ਕੋਆਰਡੀਨੇਟ ਕਰਕੇ ਟੀਮ ਜਿਹੜੀ ਉਹ ਖੇਡੀ ਹੈਗੀ ਆ। ਲੇਕਿਨ ਆਸਟ੍ਰੇਲੀਆ ਦੇ ਅਗੇਂਸਟ ਜਿਹੜਾ ਉਹ ਮੈਂ 7 ਗੋਲਾਂ ਦੀ ਗੱਲ ਨਹੀਂ ਕਰਦਾ, ਲੇਕਿਨ ਇਹ ਹੈ ਕਿ ਓਵਰਆਲ ਡੀਪ ਡਿਫੈਂਸ ਦੇ ਵਿੱਚ ਵੀ ਬਹੁਤ ਗਲਤੀਆਂ ਸੀਗੀਆਂ ਅਤੇ ਕਿਉਂਕਿ ਉਹ ਬਹੁਤ ਕਲੋਜ਼ ਮਾਰਕਿੰਗ ਕਰਦੇ ਆ ਅਤੇ ਇਸ ਕਰਕੇ ਸਾਡੀ ਫਾਰਵਰਡ ਲਾਈਨ ਦੀ ਪੈਨੀਟ੍ਰੇਸ਼ਨ ਵੀ ਬਹੁਤੀ ਚੰਗੀ ਨਹੀਂ ਸੀਗੀ। ਸੋ ਇਸ ਕਰਕੇ ਲੇਕਿਨ ਇਹ ਹੈ ਕਿ ਜਿਸ ਤਰ੍ਹਾਂ ਜਰਮਨੀ ਹੈ ਜਾਂ ਬੈਲਜੀਅਮ ਹੈ ਜਾਂ ਆਸਟ੍ਰੇਲੀਆ ਹੈਗੀ, ਕਿਉਂਕਿ ਅਲਟੀਮੇਟਲੀ ਉਸ ਲੈਵਲ 'ਤੇ ਫਿਰ ਇਹ ਟੀਮਾਂ ਤਾਂ ਪਹੁੰਚਣੀਆਂ ਹੀ ਨਾ ਉੱਥੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਪਰ ਇਹ ਹੈ ਕਿ 7-1 ਡਾਊਨ ਹੋਣ ਤੋਂ ਬਾਅਦ ਜੇ ਸਪੇਨ ਨੂੰ 3-0 'ਤੇ ਜਿੱਤਿਆ ਮੈਨੂੰ ਲੱਗਦਾ ਕਿ ਉਹਦੇ ਨਾਲ ਰਿਕਵਰੀ ਜਿਹੜੀ ਉਹ ਹੋਈ ਆ। ਅੱਜ ਦੇ ਮੈਚ 'ਚ ਇੱਕ ਗੱਲ ਖਾਸ ਇਹ ਵੀ ਦੇਖਣ ਨੂੰ ਮਿਲੇ ਕਿ ਜਿਹੜੀ ਪਿਛਲੀਆਂ ਗਲਤੀਆਂ ਹੋਈਆਂ ਨੇ, ਹਾਲਾਂਕਿ ਆਸਟ੍ਰੇਲੀਆ ਦੇ ਖਿਲਾਫ਼ ਮੈਚ ਦੇ ਵਿੱਚ ਭਾਰਤ ਨੂੰ ਮੌਕੇ ਮਿਲੇ, ਪਰ ਜਿਵੇਂ ਤੁਸੀਂ ਕਿਹਾ ਵੀ ਕੋਆਰਡੀਨੇਸ਼ਨ ਜਾਂ ਹੋਰ ਚੀਜ਼ਾਂ ਦੀ ਜਿਹੜੀ ਕਮੀ ਦੇਖਣ ਨੂੰ, ਉਸ ਤੋਂ ਬਾਅਦ ਟੀਮ ਜਿਸ ਤਰੀਕੇ ਨਾਲ ਅੱਜ ਖੇਡੀ ਆ ਮੌਕਿਆਂ ਨੂੰ ਖੁੰਝਣ ਨਹੀਂ ਦਿੱਤਾ ਹੈਗਾ, ਪਲੈਂਟੀ ਕੋਰਨਰ ਨੂੰ ਕਨਵਰਟ ਕੀਤਾ ਹੈ, ਲੱਗਦਾ ਕੀ ਹੈ ਕਿ ਅਗਲੇ ਮੈਚਾਂ ਦੇ ਵਿੱਚ ਟੀਮ ਨੇ ਸਬਕ ਲਿਆ ਇਸ ਹਾਰ ਤੋਂ? ਨਹੀਂ, ਦੇਖੋ ਹਰ ਟੀਮ ਦੇ ਅਗੇਂਸਟ ਅਲੱਗ ਸਟ੍ਰੈਟਜੀ ਹੁੰਦੀ ਆ, ਹਰ ਟੀਮ ਦਾ ਟੈਂਪਰਾਮੈਂਟ ਅਲੱਗ ਹੁੰਦਾ ਹੈਗਾ। ਇਹ ਜਿਹੜਾ ਸਪੇਨ ਆ ਬੇਸਿਕਲੀ ਯੂਰਪ ਦੇ ਵਿੱਚ ਸਭ ਤੋਂ ਜੇ ਕਿਹਾ ਜਾਵੇ ਜਰਮਨ ਹੋਲੈਂਡ ਇਹਨਾਂ ਨਾਲੋਂ ਵੀਕ ਟੀਮ ਹੈਗੀ ਆ, ਕਿਉਂਕਿ ਇਹਨਾਂ ਦਾ ਜਿਹੜਾ ਬਾਡੀ ਸਟਰਕਚਰ ਆ ਉਹ ਆਲਮੋਸਟ ਆਪਣੇ ਵਰਗਾ ਹੈਗਾ, ਇਸ ਕਰਕੇ ਇਹ ਬਹੁਤ ਜ਼ਿਆਦਾ ਮੈਨ ਟੂ ਮੈਨ ਮਾਰਕਿੰਗ ਨਹੀਂ ਕਰ ਸਕਦੇ ਜਾਂ ਉਨੀ ਜ਼ਿਆਦਾ ਇਹ ਬਾਡੀ ਨੂੰ ਬਹੁਤ ਜ਼ਿਆਦਾ ਯੂਜ਼ ਨਹੀਂ ਕਰ ਸਕਦੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਹੋਰ ਟੀਮਾਂ ਆਉਣਗੀਆਂ ਚਾਹੇ ਉਹ ਜਿਹੜੀ ਮੰਨ ਲਓ ਆਸਟ੍ਰੇਲੀਆ ਹੀ ਆ ਚਾਹੇ ਬੈਲਜੀਅਮ ਹੀ ਆ, ਕਿਉਂਕਿ ਜਦੋਂ ਮੈਨ ਟੂ ਮੈਨ ਮਾਰਕਿੰਗ ਹੁੰਦੀ ਆ ਉਹਦੇ ਵਿੱਚ ਜਿਹੜੀ ਪੈਨੀਟ੍ਰੇਸ਼ਨ ਆ ਉਹ ਬਹੁਤ ਇੰਪੋਰਟੈਂਟ ਹੈਗੀ। ਜਿਹੜੀ ਟੀਮ ਦੀ ਕੋਆਰਡੀਨੇਸ਼ਨ ਹੈ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਨਹੀਂ, ਦੇਖੋ ਇੰਪਰੂਵ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਕੰਪੈਰੇਟਿਵਲੀ ਜਦੋਂ ਬਾਕੀ ਟੀਮਾਂ ਨੂੰ ਆਪਾਂ ਕੰਪੇਅਰ ਕਰਦੇ ਹੈਗੇ ਹਾਂ, ਕਿਉਂਕਿ ਇੱਕ ਤਾਂ ਇੰਡੀਵਿਜੁਅਲ ਸਕਿੱਲ ਰਿਐਲਿਟੀ ਇਹ ਆ ਕਿ ਇੰਡੀਵਿਜੁਅਲ ਸਕਿੱਲ ਕਾਫੀ ਵੀਕ ਹੈਗੀ ਆ, ਕਿਉਂਕਿ ਇਹਦਾ ਇੱਕ ਰੀਜ਼ਨ ਇਹ ਵੀ ਆ ਵੀ ਕੋਚ ਜਿਹੜੇ ਆ ਉਹ ਅੱਜ ਦੀ ਹਾਕੀ ਦੇ ਵਿੱਚ ਇਹ ਅਲਾਓ ਨਹੀਂ ਕਰਦੇ ਵੀ ਤੂੰ ਕਿਸੇ ਨੂੰ ਡੌਜ ਮਾਰੇਗਾ, ਪਰ ਜਿੰਨਾ ਚਿਰ ਕਿਸੇ ਨੂੰ ਤੁਸੀਂ ਡੌਜ ਨਹੀਂ ਮਾਰਦੇ ਉਨਾ ਚਿਰ ਕਿਤੇ ਨਾ ਕਿਤੇ ਗੈਪ ਨਹੀਂ ਕ੍ਰੀਏਟ ਹੁੰਦਾ, ਜਿੰਨਾ ਚਿਰ ਪੈਨੀਟ੍ਰੇਸ਼ਨ ਨਹੀਂ ਹੁੰਦੀ ਉਨਾ ਚਿਰ ਬੇਸਿਕਲੀ ਕਿਤੇ ਨਾ ਕਿਤੇ ਓਪਨਿੰਗ ਨਹੀਂ ਮਿਲਦੀ। ਹੋਰ ਜਦੋਂ ਜਦੋਂ ਵੀ ਫਿਰ ਇਹੋ ਜਿਹੀਆਂ ਟੀਮਾਂ ਦੇ ਵਿੱਚ ਜੇ ਤੁਹਾਨੂੰ ਉਹ ਪੈਨੀਟ੍ਰੇਸ਼ਨ ਨਹੀਂ ਮਿਲੂਗੀ ਪੈਨਲਟੀ ਕੋਰਨਰ ਨਹੀਂ ਮਿਲੂਗਾ, ਐਂਡ ਆਫ ਦਾ ਡੇ ਤੁਹਾਡੇ ਲੂਜ਼ ਹੋਣ ਦੇ ਜ਼ਿਆਦਾ ਚਾਂਸਿਸ ਹੋਣਗੇ। ਸੋ ਇਸ ਕਰਕੇ ਸਾਨੂੰ ਕਿਉਂਕਿ ਬੈਟਰ ਕੰਬੀਨੇਸ਼ਨ ਹੈਗਾ, ਮੈਨੂੰ ਲੱਗਦਾ ਇੱਕ ਦੋ ਮੁੰਡੇ ਹੋਰ ਸੀਗੇ ਜਿਹੜੇ ਐਸ ਵੀ ਸੁਨੀਲ ਸੀ ਜਾਂ ਇੱਕ ਦੋ ਮੁੰਡੇ ਆਕਾਸ਼ਦੀਪ ਸੀ ਜਿਨ੍ਹਾਂ ਨੂੰ ਮੈਂ ਦੇਖਦਾ ਸੀ ਵੀ ਇੰਡੀਵਿਜੁਅਲੀ ਕਿਤੇ ਨਾ ਕਿਤੇ ਉਹ ਡੌਜ ਡੂਜ ਵੀ ਮਾਰਦੇ ਸੀਗੇ, ਉਹ ਵਿੱਚੋਂ ਮੈਨੂੰ ਮਿਸਿੰਗ ਲੱਗਦੇ ਹੈਗੇ ਆ। ਪਰ ਮੈਂ ਆਸਟ੍ਰੇਲੀਆ ਜਿੱਦਾਂ ਦੇਖਦਾ ਆਸਟ੍ਰੇਲੀਆ ਡੌਜ ਵੀ ਮਾਰਦੇ ਹੈਗੇ ਆ। ਈਵਨ ਹੋਰ ਜਿਹੜੀਆਂ ਟੀਮਾਂ ਹੈਗੀਆਂ ਜਰਮਨ ਹੋਲੈਂਡ ਵਾਲੇ ਉਹ ਕਿਤੇ ਨਾ ਕਿਤੇ ਜਿੱਥੇ ਜ਼ਰੂਰਤ ਪੈਂਦੀ ਆ, ਹੁਣ ਮੰਨ ਲਓ ਸਾਰਾ ਕੁਛ ਹੀ ਪੈਕ ਹੋ ਗਿਆ, ਅੱਛਾ ਅਸੀਂ ਸਟ੍ਰੈਟਜੀਜ਼ ਵਾਈਜ਼ ਤਾਂ ਪੈਕ ਕਰ ਲਿਆ, ਲੇਕਿਨ ਜੇ ਇੱਕ ਬੰਦੇ ਨੂੰ ਡੌਜ ਮਾਰਾਂਗੇ ਦੈਨ ਅਲਟੀਮੇਟਲੀ ਦੇਰ ਵਿਲ ਬੀ ਓਪਨਿੰਗ। 19 'ਚੋਂ 11 ਪਲੇਅਰ ਜਿਹੜੇ ਨੇ ਪੰਜਾਬ ਦੇ ਨੇ, ਅਤੇ ਤੁਹਾਨੂੰ ਲੱਗਦਾ ਕਿ ਇਸ ਵਾਰੀ ਕੰਬੀਨੇਸ਼ਨ ਜਿਹੜਾ ਹੈਗਾ ਹੈ ਉਸ ਟੀਮ ਨੂੰ ਇੱਕ ਮੋਰਲ ਤੌਰ 'ਤੇ ਵੀ ਉਹ ਰਹਿੰਦਾ, ਹਾਲਾਂਕਿ ਟੀਮ ਤਾਂ ਟੀਮ ਮੰਨੀ ਜਾਂਦੀ। ਨਹੀਂ ਦੇਖੋ ਪੰਜਾਬੀ, ਦੇਖੋ ਇਹ ਹੈਗੀ ਆ ਬੇਸਿਕਲੀ ਫਸ ਕੇ ਖੇਡਣ ਵਾਲੀ ਖੇਡ, ਇਹਦੇ ਵਿੱਚ ਇੰਜਰੀ ਦੇ ਚਾਂਸਿਸ ਵੀ ਹੁੰਦੇ ਆ। ਕਈ ਵਾਰੀ ਮੈਂ ਦੇਖਦਾ ਵੀ ਦੂਸਰੀਆਂ ਰੇਸਿਸ ਜਿਹੜੀਆਂ ਉਹ ਇੰਨਾ ਫਸ ਕੇ ਨਹੀਂ ਖੇਡਦੀਆਂ, ਸੋ ਇਟ ਇਜ਼ ਏ ਐਡਵਾਂਟੇਜ ਆਫਟਰ ਮੈਨੀ ਈਅਰਸ। ਪਰ ਐਟ ਦਾ ਸੇਮ ਟਾਈਮ ਅਸੀਂ ਇਹ ਆ ਕਿ ਮਿਹਨਤ ਵੀ
ਕੀਤੀ ਹੈਗੀ ਆ, ਕਿਉਂਕਿ ਇਹ ਓਵਰਨਾਈਟ ਨਹੀਂ ਸਰਬਜੀਤ ਹੁੰਦਾ। ਆਪਾਂ ਕਹੀਏ ਨਾ ਵੀ ਹੁਣ ਇਹ ਮੈਂ ਪਰਸੋਂ ਸ਼ੁਰੂ ਕੀਤਾ ਸੀ ਅਤੇ ਅੱਜ ਓਲੰਪਿਕ 'ਚ ਚਲੇ ਗਏ, ਇੱਦਾਂ ਨਹੀਂ ਹੈਗਾ। ਇਟ ਇਜ਼ ਔਨਗੋਇੰਗ ਪ੍ਰੋਸੈਸ। ਈਵਨ ਕਿ ਕੰਟਰੀ ਲਾਈਕ ਚਾਈਨਾ ਔਰ ਜਿਹੜੇ ਵੀ ਐਡਵਾਂਸ ਕੰਟਰੀਜ਼ ਹੈਗੇ ਆ, ਉਹਨਾਂ ਦੀ ਆਲਰੇਡੀ ਪ੍ਰੈਪਰੇਸ਼ਨ ਜਿਹੜੀ 2028 ਵਾਲੀ, 2032 ਵਾਲੀ, 2036 ਵਾਲੀ, ਦੈਟ ਇਜ਼ ਔਨ ਦਾ ਵੇ। ਠੀਕ ਹੈ ਨਾ। ਅਸੀਂ ਕਈ ਵਾਰੀ ਹੁੰਦਾ ਵੀ ਉਹ ਰਾਤ ਨੂੰ ਉੱਠ ਕੇ ਸਵੇਰ ਨੂੰ ਕਹਿੰਦੇ ਹਾਂ ਵੀ ਹਾਂਜੀ ਇੱਦਾਂ ਕਰ ਦਿਓ ਜੀ, ਇੱਦਾਂ ਕਰ ਦਿਓ ਜੀ, ਦੈਟ ਇਜ਼ ਨੋਟ ਪੋਸੀਬਲ।